ਗੱਲ ਅੱਜ ਦੋ ਇੰਸੀਡੈਂਟ ਬੜੇ ਸੀਰੀਅਸ ਹੋਏ ਆ। ਮੈਂ ਸਮਝਦਾ ਹਾਂ ਕਿ ਪੰਜਾਬ 'ਚ ਇੱਕ ਤਰੀਕੇ ਦਾ ਕੌਨਸਟੀਟਿਊਸ਼ਨਲ ਕ੍ਰਾਈਸਿਸ ਖੜਾ ਹੋ ਗਿਆ ਹੈ, ਕਿਉਂਕਿ ਲੀਡਰ ਆਫ ਆਪੋਜੀਸ਼ਨ, ਕੱਲ ਵੀ ਮੈਂ ਸੁਣ ਰਹਾ ਥਾ ਔਰ ਦੇਖ ਰਹਾ ਥਾ ਔਰ ਆਜ ਵੀ ਮੈਂ ਇਹ ਮਹਿਸੂਸ ਕਰ ਰਹਾ ਹੂੰ ਕਿ ਵੋ ਤੋ ਕਾਂਗਰਸ ਕੇ ਸਾਥ ਮਿਲੀ ਗਏ ਹੈ, ਬੈਠੇ ਇਸ ਤਰਫ ਹੈ, ਬਾਤ ਕਾਂਗਰਸ ਕੀ ਕਰਤੇ। ਮੈਨੇ ਬੜਾ ਇੱਕ ਸੀਰੀਅਸ ਔਰ ਗੰਭੀਰ ਮੁੱਦਾ ਉਠਾਇਆ ਕਿ 27 ਪੰਜਾਬ ਕੇ ਨੌਜਵਾਨ ਬੱਚੇ ਬੱਚੀਆਂ ਕਾ ਇਰਾਕ ਮੇ ਜੋ ਉਨਕੀ ਪਤਾ ਲਗਾ ਕਿ ਡੈਥ ਹੋ ਗਈ ਹੈ, ਉਸ ਇਸ਼ੂ ਪੇ ਰਾਣਾ ਸੋਢੀ ਜੀ ਜੋ ਕਾਂਗਰਸ ਕੇ MLA ਬੋਲੇ ਥੇ ਕਿ 1 ਕਰੋੜ ਕੰਪਨਸੇਸ਼ਨ ਗਵਰਨਮੈਂਟ ਆਫ ਇੰਡੀਆ ਕੋ ਦੇਣੀ ਚਾਹੀਏ। ਮੈਨੇ ਤੋ ਇਤਨੀ ਬਾਤ ਬੋਲੀ CM ਸਾਹਿਬ ਸੇ, ਮੈਂ CM ਸਾਹਿਬ ਆਪਕਾ MLA ਕਹਿ ਰਹਾ ਹੈ ਕਿ ਸੈਂਟਰ ਕੀ ਸਰਕਾਰ ਕੋ 1 ਕਰੋੜ ਦੇਣਾ ਚਾਹੀਏ, ਕਿਆ ਆਪ ਵੀ 1 ਕਰੋੜ ਮੈਚਿੰਗ ਗ੍ਰਾਂਟ ਦੇਂਗੇ ਉਸ ਪੇ? ਔਰ 20,000 ਕੱਲ ਕੈਪਟਨ ਸਾਹਿਬ ਬੋਲੇ ਥੇ ਕਿ 20,000 ਪੈਨਸ਼ਨ ਕੀ ਤੌਰ ਤੇ ਉਸ ਪਰਿਵਾਰ ਕੋ ਹਰ ਮਹੀਨੇ ਜਾਏਗਾ, 6 ਮਹੀਨੇ ਸੇ ਨਹੀਂ ਗਿਆ। ਯੇ ਜੋ ਸੀਰੀਅਸ ਮੁੱਦੇ ਉਠਾਏ ਜਾ ਰਹੇ ਥੇ, ਮੈਂ ਹੈਰਾਨ ਹੋ ਗਿਆ, ਲੀਡਰ ਆਫ ਆਪੋਜੀਸ਼ਨ ਉੱਠ ਕੇ ਕਹਿ ਰਹੇ ਹੈ ਕਿ ਕੈਪਟਨ ਸਾਹਿਬ ਨੇ, ਕਾਂਗਰਸ ਨੇ ਜੋ ਮੈਗਨੈਨਿਮਿਟੀ ਦਿਖਾਈ ਹੈ, ਮੈਂ ਉਸਕੀ ਵਧਾਈ ਦੇਤਾ। ਕਿਸ ਚੀਜ਼ ਕੀ ਵਧਾਈ ਦੇ ਰਹੇ ਹੈ ਕਿ ਜੋ ਲੋਕ ਵਹਾਂ ਪੇ ਜਾ ਕੇ ਏਅਰਪੋਰਟ ਮੇ ਤੜਪ ਰਹੇ ਆਪਣੇ ਜੋ ਬੱਚੇ ਮਰ ਗਏ ਉਨਕੇ ਲੀਏ, ਕਿਆ ਇਸ ਚੀਜ਼ ਕੀ ਵਧਾਈ ਦੇ ਰਹੇ ਹੈ ਕਿ 20,000 ਪੈਨਸ਼ਨ ਵੀ ਨਹੀਂ ਜਾ ਰਹੀ ਹੈ? ਇਸ ਤਰੀਕੇ ਕਾ ਸਰੈਂਡਰ ਸਿਰਫ ਔਰ ਸਿਰਫ ਆਪਣੇ ਡਰੱਗ ਕੇਸਿਸ ਸੇ ਬਚਨੇ ਕੇ ਲੀਏ, ਸਿਰਫ ਔਰ ਸਿਰਫ ਕਿ ਜੋਗਾ ਸਿੰਘ ਕੀ ਇਨਕੁਆਇਰੀ ਨਾ ਹੋ ਜਾਏ ਉਨਕੇ ਗਨਮੈਨ ਕੀ, ਇਸ ਤਰੀਕੇ ਕਾ ਸਰੈਂਡਰ ਅੱਜ ਘੁਟਨੇ ਟੇਕ ਗਈ ਹੈ ਲੀਡਰ ਆਫ ਆਪੋਜੀਸ਼ਨ। ਔਰ ਆਪ ਹੈਰਾਨਗੀ ਕੀ ਬਾਤ ਹੈ, ਇੱਕ ਲੀਡਰ ਆਫ ਆਪੋਜੀਸ਼ਨ ਜੋ ਹਾਈ ਕੋਰਟ ਤੱਕ ਜਿਸਕਾ ਸੈਂਟੈਂਸ ਅਪਹੈਲਡ ਹੋ ਗਿਆ, ਉਸਕੇ ਮਸਲੇ ਮੇ ਕਾਂਗਰਸ ਬੋਲਤੀ ਹੈ? ਨਵਜੋਤ ਸਿੰਘ ਸਿੱਧੂ, ਅਬ ਮੈਂ ਉਸਕੇ ਬਾਰੇ ਕੋਈ ਬੋਲੂੰਗਾ? ਜੋ ਮੌਕਾ ਪ੍ਰਸ ਬਿਕਾਊ ਆਦਮੀ ਹੈ, ਕੱਲ ਆਪਕਾ ਇੱਕ ਚੈਨਲ ਹੈ, ਅੱਜ ਤੱਕ ਚੈਨਲ ਉਹ ਚਲਾ ਹੀ ਰਹਾ ਹੈ, ਵਹੀ ਸ਼ਬਦ ਸਿੱਧੂ ਕੈਸੇ ਮਹਿਸੂਸ ਕਰ ਰਹਾ ਹੈ? ਜੈਸੇ ਮਿੱਟੀ ਕਾ ਢੇਲਾ ਗੁਲਾਬੋ ਕੀ ਕਿਆਰੀ ਮੇ ਆ ਗਿਆ, ਵਹੀ ਗੁਲਾਬ ਕੀ ਕਿਆਰੀ ਨਰਿੰਦਰ ਮੋਦੀ ਜੀ ਕੀ ਥੀ, ਵਹੀ ਅਬ ਗੁਲਾਬ ਕੀ ਕਿਆਰੀ ਕਿਸ ਕੀ ਹੈ? ਜਿਸ ਕਾਂਗਰਸ ਪਾਰਟੀ ਕੋ ਯੇ ਠੋਕੋ ਤਾਲੀ ਕੀ ਵਰਾਇਟੀ ਮੇ ਮੈਂ ਹੈਰਾਨ ਹੋ ਗਿਆ ਕਾਂਗਰਸੀਓ ਪੇ, ਕਿ ਵੋ ਵਧਾਈ ਦੇ ਰਹੇ ਹੈ, ਵਧਾਈ ਦੇ ਰਹੇ। ਮੈਂ ਸਾਰਾ ਚੈਨਲ ਆਪਕੋ 10 ਚੀਜ਼ੇ ਇਸ ਮੇ ਆ ਰਹੀ ਹੈ ਚੈਨਲ ਮੇ, ਕਿਸ ਚੀਜ਼ ਕੀ ਵਧਾਈ ਦੇ ਰਹੇ ਹੈ ਕਾਂਗਰਸੀ, ਕਿ ਆਪਕੀ ਸੋਨੀਆ ਗਾਂਧੀ ਕੋ ਇਸਨੇ ਮੁੰਨੀ ਬੋਲਾ ਥਾ, ਆਪਕੋ ਯੇ ਬੋਲਾ ਥਾ ਕਾਂਗਰਸੀਓ ਕੋ ਕਿ ਕਾਂਗਰਸੀ ਮੁੰਨੀ ਸੇ ਜ਼ਿਆਦਾ ਬਦਨਾਮ ਹੈ ਔਰ ਸ਼ੀਲਾ ਸੇ ਜ਼ਿਆਦਾ ਨਿਲਾਮ ਹੈ। ਆਪ ਯੇ ਹਾਲਾਤ ਹੋ ਗਏ ਕਿ ਯੇ 84th ਇਨਕਾ ਸੈਸ਼ਨ ਹੁਆ ਹੈ, ਇੱਕ ਲਾਫਟਰ ਚੈਨਲ ਸ਼ੋ ਬਣਾ ਕੇ ਰੱਖ ਦਿਆ, ਅੱਜ ਮੀਡੀਆ ਵਾਲੇ ਹੋ, ਯੇ ਸਭ ਜਗ੍ਹਾ ਕਿ ਰਾਜਦੀਪ ਸਰਦੇਸਾਈ ਜੈਸੇ ਬੜੇ ਜਰਨਲਿਸਟ ਇਸ ਪੇ ਕਮੈਂਟ ਕਰ ਰਹੇ, ਕਿ ਇਸ ਤਰੀਕੇ ਕਾ ਮੌਕਾ ਪ੍ਰਸਤ ਆਦਮੀ ਨਹੀਂ ਮਿਲਾ। ਸੁਪਰੀਮ ਕੋਰਟ ਮੇ ਮਰਡਰ ਕਨਵਿਕਸ਼ਨ ਕੀ ਬਹਿਸ ਚੱਲ ਰਹੀ ਹੈ ਔਰ ਯਹਾਂ ਪੇ ਹਰੇਕ ਪੇ ਟਿੱਪਣੀ ਦੇ ਰਹੇ, ਮਰਡਰ ਕਨਵਿਕਟ ਅਬ ਟਿੱਪਣੀ ਦੇਗਾ? ਮਜ਼ਾਕ ਬਣਾਇਆ ਪਿਆ, ਲੋਕੋ ਕੀ ਡੈਥ ਹੋ ਗਈ ਹੈ, ਲੀਡਰ ਆਪੋਜੀਸ਼ਨ ਕਹਿ ਰਿਹਾ ਵਧਾਈ ਹੈ, ਯੇ ਕਿਆ ਤਰੀਕੇ ਕੀ ਸਰੈਂਡਰ ਹੈ? ਆਪ ਜਾਈ ਸ਼ਾਮਿਲ ਹੋ ਜਾਏ ਨਾ ਕਾਂਗਰਸ ਮੇ, ਕਿਉਂਕਿ ਆਪਕੇ ਭਾਈ ਭਾਈਆ ਜੋ ਹੈ ਆਪਕੇ ਪਨੋਈਆ ਸਾਹਿਬ ਜਸਟਿਸ ਰਣਜੀਤ ਸਿੰਘ ਕੋਲ ਕੋ ਤੋ ਆਲਰੇਡੀ ਇੱਕ ਸਿਆਸੀ ਕਾਮ ਦਿਆ ਹੁਆ ਔਰ ਵੋ ਸਿਆਸੀ ਕਾਮ ਕਰ ਰਹੇ ਹੈ ਔਰ ਬੜੀ ਛੇਤੀ ਹੈ ਜੋ ਅਲੱਗ ਪਾਰਟੀ ਬਣਾਨੇ ਕੀ ਇਹ ਖਹਿਰਾ ਸਾਹਿਬ ਕੀ ਕੋਸ਼ਿਸ਼ ਸੀ ਜੋ ਫੇਲ ਹੋ ਗਈ, ਉਸਕਾ ਕਾਰਨ ਇੱਕ ਹੀ ਥਾ ਕਿ ਜਿਸ ਦਿਨ ਇਹ ਰਿਪੋਰਟ ਆਏਗੀ ਉਸਕੇ ਬਾਅਦ ਇਹ ਵਧਾਈ ਦੇ ਕੇ ਕਾਂਗਰਸ ਮੇ ਸਭਕੋ ਸ਼ਾਮਿਲ ਕਰ ਦਿਆਂ। ਮਗਰ ਮੈਂ ਹੁਣ ਆਪਕੇ MLAਓ ਕੋ ਵਧਾਈ ਦੇਤਾ ਹੂੰ ਜੋ ਇਹ ਚਾਲ ਸਮਝ ਗਏ, ਨਹੀਂ ਤੋ ਇਹ ਲੀਡਰ ਵਾ ਆਪੋਜੀਸ਼ਨ ਤੋ ਸਰੈਂਡਰ ਕਰੀ ਗਏ। ਆਪਕੋ ਮੌਕਾ ਪ੍ਰਸਤ ਮਿਨਿਸਟਰ ਕੋ ਪੁੱਛੋ, ਆਪਰਚੁਨਿਸਟ ਮਿਨਿਸਟਰ ਕੋ ਪੁੱਛੋ, ਜਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਸਿੱਖੋ ਦੀ ਇਨਸਾਨੀਅਤ ਦੀ ਲੜਾਈ ਲੜੀ ਸੀ, ਉੱਥੇ ਇਹ ਨਵਜੋਤ ਸਿੰਘ ਸਿੱਧੂ ਜਾ ਕੇ 84 ਦੇ ਦੰਗਿਆਂ ਵਾਲਿਆਂ ਦੇ ਅੱਗੇ, ਅੰਮ੍ਰਿਤਸਰ ਤੋਂ ਇੱਕ ਬੰਦਾ ਚੱਲਿਆ ਜਿਹੜਾ ਉੱਥੋਂ ਦੀ ਨੁਮਾਇੰਦਗੀ ਕਰਦਾ ਹੈ, ਸ਼੍ਰੀ ਹਰਿਮੰਦਰ ਸਾਹਿਬ ਦੇ ਅਟੈਕ ਦੇ ਲੋਕਾਂ ਜਿਨ੍ਹਾਂ ਲੋਕਾਂ ਨੇ ਅਟੈਕ ਕਰਾਇਆ ਸੀ ਉਸ ਕਾਂਗਰਸ ਅਧਿਆਕਸ਼ ਕੋਲ ਅੱਗੇ ਜਾ ਕੇ ਲੰਮੇ ਪੈ ਗਿਆ। 20 ਸਾਲ ਪੁਰਾਣੀ ਗੱਲ ਛੇੜਦਾ ਤੇ ਪਹਿਲਾਂ ਉਹਨੂੰ ਮੁੰਨੀ ਕਹਿੰਦਾ ਸੀ, ਹੁਣ ਲੰਮਾ ਪਿਆ, ਮੈਂ ਇਹੋ ਜਿਹੇ ਲੋਕਾਂ ਦੀ ਪਰਵਾਹ ਕਰਨ ਲੱਗਿਆ? ਨਾ ਮੈਂ ਇਹੋ ਜਿਹੇ ਲੋਕਾਂ ਦੀ ਪਰਵਾਹ ਕਰਾਂ ਤੇ ਨਾਲ ਮੈਂ ਨਵਜੋਤ ਸਿੰਘ ਸਿੱਧੂ ਨੂੰ ਕਹਿੰਦਾ, ਤੂੰ ਤੇ ਤੇਰਾ STF ਦਾ ਚੀਫ ਹਰਪ੍ਰੀਤ ਸਿੱਧੂ ਟਿੱਲ ਦਾ ਜ਼ੋਰ ਲਾ ਲਿਓ, ਤੁਹਾਡੀ ਸਾਰੀ ਗੱਲ ਨੂੰ ਮੈਂ ਬੇਨਕਾਬ ਕਰੂੰਗਾ। ਮੁੱਖ ਮੰਤਰੀ ਕਹਿੰਦਾ ਮੈਂ ਰਿਪੋਰਟ ਪੜ੍ਹੀ ਨਹੀਂ, ਇਹ ਮਾਮਾ ਚੀਫ ਮਿਨਿਸਟਰ ਲੱਗਿਆ, ਇਹ ਹੋਮ ਮਿਨਿਸਟਰ ਲੱਗਿਆ, ਇਹਦੀ ਘਰ ਦੀ ਰਿਪੋਰਟ ਪੜ੍ਹੀ ਜਾਂਦੀ, ਘਰ ਪੜ੍ਹ ਕੇ ਬਣਾਈ ਆ, ਮਜੀਠੀਏ ਨੂੰ
ਕੱਲਾ ਟਾਰਗੇਟ ਕਰਨ ਲਈ ਬਣਾਈ ਆ ਮਜੀਠੀਆ ਇਹ ਜੇ ਲੋਕਾਂ ਤੋਂ ਇਹਨਾਂ ਦੀਆਂ ਗੱਲਾਂ ਤੋਂ ਡਰਨ ਵਾਲਾ ਨਹੀਂ, ਐਕਸਪੋਜ਼ ਕਰੂੰ ਓਪਰਚੁਨਿਸਟ ਲੋਕਾਂ ਨੂੰ ਕੀਤੀ ਜੀ। ਮੈਂ ਤਾਂ ਸਪਸ਼ਟ ਤੌਰ 'ਤੇ ਅਸੀਂ ਸਾਡੀ ਪਾਰਟੀ ਦੇ ਲੋਕ ਗੱਲ ਕਰਕੇ ਕਿ ਮਿਨਿਸਟਰ ਦਾ ਕੀ ਬਿਹੇਵੀਅਰ ਹੈ, ਅਸੀਂ ਕੰਪਨਸੇਸ਼ਨ ਦੇ ਰਾਕ ਦੇ ਵਿਕਟਮਸ ਦੀ ਕੰਪਨਸੇਸ਼ਨ ਦੀ ਮੰਗ ਕਰ ਰਹੇ ਹਾਂ ਐਂਡ ਦੇ ਆਰ ਪਲੇਇੰਗ ਪੋਲੀਟਿਕਸ। ਇਹ ਕਿਸ ਤਰੀਕੇ ਦੀ ਰਾਜਨੀਤੀ ਹੋ ਰਹੀ ਹੈ? ਖਹਿਰਾ ਸਾਹਿਬ ਚਲੀ ਜਾਣ ਨਾ ਕਾਂਗਰਸ 'ਚ, ਕਿਉਂਕਿ ਉਨਕੇ ਬਣੋਈਆ ਉਨਕੀ ਬਹਿਣ ਕੇ ਹਸਬੈਂਡ ਆਲਰੇਡੀ ਕਾਂਗਰਸ ਕੇ ਲਈ ਕੰਮ ਕਰ ਰਹੇ ਹੈ, ਤੋ ਕਿਆ ਡਰਾਮਾ ਰਚ ਰਹੇ ਹੈ? ਉਹ ਜੀ ਰਲੇ ਹੋਏ ਆ, ਕਿਉਂ ਤੁਸੀਂ ਮੈਨੂੰ ਦੱਸ ਦਿਓ, ਰਣਜੀਤ ਸਿੰਘ ਕਮਿਸ਼ਨ ਦੇ ਜਿਹੜੇ ਹੈੱਡ ਨੇ ਜਸਟਿਸ ਰਣਜੀਤ ਸਿੰਘ, ਖਹਿਰਾ ਸਾਹਿਬ ਦੇ ਭਣੋਈਆ ਨੇ। ਤੁਸੀਂ ਕੱਲ੍ਹ ਇੱਥੇ ਲੰਚ ਹੋਇਆ ਵੇਖਿਆ ਕਿਹੜੀਆਂ ਗੱਲਾਂ ਕਹਿ ਰਹੇ ਸੀ? ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕਰੋ, ਉਹਦੀ ਮੰਗ ਰੱਖ ਰਿਹਾ ਖਹਿਰਾ ਅਤੇ ਕਾਂਗਰਸ ਕਹਿ ਰਹੀ ਹੈ ਹਾਂ। ਕਿਉਂ ਕਮਿਸ਼ਨ ਦੀ ਰਿਪੋਰਟ ਬਣਾਈ ਖਹਿਰੇ ਅਤੇ ਜਸਟਿਸ ਰਣਜੀਤ ਸਿੰਘ ਨੇ ਰਲ ਕੇ ਆ? ਸਿਰਫ ਸਿਆਸੀ ਬਦਲਾ ਕੋਰੀ, ਜੇ ਤੁਸੀਂ ਸੱਚਾਈ ਚਾਹੁੰਦੇ ਹੋ ਤਾਂ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੀ ਕਰਵਾ ਲਓ ਇਨਕੁਆਇਰੀ, ਇਹ ਕਦੇ ਨਹੀਂ ਕਰਾਉਣਗੇ। ਪਹਿਲਾਂ ਰਿਪੋਰਟ ਆਊਗੀ ਫਿਰ ਕਾਂਗਰਸ 'ਚ ਭੱਜੂਗਾ, ਇਹ ਆਲਰੇਡੀ ਕਾਂਗਰਸ 'ਚ ਸ਼ਾਮਿਲ ਹੋ ਚੁੱਕਿਆ, ਆਪ ਵਾਲੇ ਇਹਨੂੰ ਆਪਣਾ ਨਾ ਗਿਣਨ।